ਕਹਿੰਦਾ ਏ ਦੂਰੇ ਵਸਦਾ, ਕੋਈ ਕਹਿੰਦਾ ਏ ਨੇੜੇ, ਕੋਈ ਕਹਿੰਦਾ ਪੱਥਰਾਂ ਵਿੱਚ ਵਸਦਾ, ਕੋਈ ਕਹਿੰਦਾ ਦਿਲ ਵਿੱਚ ਮੇਰੇ, ਕੋਈ ਕਹਿੰਦਾ ਉਹ ਦਿਨੇ ਹੀ ਮਿਲਦਾ, ਕੋਈ ਕਹਿੰਦਾ ਵਿੱਚ ਨੇਰੇ। ਬੁੱਲੇ ਸ਼ਾਹ ਮੇਰਾ ਰੱਬ ਹੈ ਐਸਾ, ਜੋ ਦਿਸਦਾ ਚਾਰ ਸਫੇਰੇ, ਜੋ ਦਿਸਦਾ ਚਾਰ ਸਫੇਰੇ। ਵਿਹੜਾ ਖੁਸ਼ੀਆਂ ਦਾ ਦੇਖਦੇ ਹੋਏ ਸਾਰੇ ਹੀ ਦਰਸ਼ਕਾਂ ਨੂੰ ਰਣਜੀਤ ਕੌਰ ਵੀਰ ਦੀ ਵੱਲੋਂ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਹੁਣ ਆਪਾਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਗੀਤ ਦੇ ਨਾਲ। ਅੰਗਰੇਜ਼ੀ ਬੋਲਣੀ ਸਿੱਖਣ ਲਈ IELTS, ਸੈਲਪੇਪ, LPI, ਸਿਟੀਜ਼ਨਸ਼ਿਪ ਦੀਆਂ ਕੋਚਿੰਗ ਕਲਾਸਾਂ ਲੈਣ ਲਈ ਜਾਂ ਮਾਰਵਲਸ ਬ੍ਰਾਂਡ ਦੀਆਂ ਬੈਸਟ ਕੁਆਲਿਟੀ ਕਿਤਾਬਾਂ ਲੈਣ ਲਈ ਕਾਲ ਕਰੋ 604-725-3340। ਕਾਮਯਾਬੀ ਤੁਹਾਡੇ ਕਦਮ ਚੁੰਮੇਗੀ। ਮੋਰ ਇਨਫੋ ਪਲੀਜ਼ ਵਿਜ਼ਿਟ englishisvereasy.com। ਘਰ ਜਾਂ ਦਫ਼ਤਰ ਨੂੰ ਕਿਸੇ ਵੀ ਕਿਸਮ ਦੇ ਆਰਟਵਰਕ ਜਾਂ ਵਾਲਪੇਪਰ ਨਾਲ ਸਜਾਉਣ ਲਈ ਤੇਜਪਾਲ ਸਿੰਘ ਮਾਨ ਨਾਲ ਸੰਪਰਕ ਕਰੋ। ਇਹਨਾਂ ਦੀ ਆਰਟ ਗੈਲਰੀ ਤੋਂ ਤੁਸੀਂ ਹਰ ਕਿਸਮ ਦੀ ਹੈਂਡ ਪੇਂਟਿੰਗ, ਰਿਲੀਜੀਅਸ ਜਾਂ ਮਾਡਰਨ ਪੇਂਟਿੰਗ, ਵਨ ਆਫ ਅ ਕਾਈਂਡ ਓਰਿਜਿਨਲ ਖਰੀਦ ਸਕਦੇ ਹੋ। ਇਹ ਪੋਰਟਰੇਟਸ ਵੀ ਬਣਾਉਂਦੇ ਹਨ। ਫੋਨ ਕਰੋ 7788855217। ਹੁਣ ਅੰਗਰੇਜ਼ੀ ਬੋਲਣੀ ਸਿੱਖਣੀ ਹੋਰ ਵੀ ਆਸਾਨ। IELTS, LPI, ਅੰਗਰੇਜ਼ੀ ਦੀਆਂ ਕਲਾਸਾਂ ਜਾਂ ਹੋਰ ਜਾਣਕਾਰੀ ਲਈ ਪ੍ਰੋਫੈਸਰ ਅਵਤਾਰ ਸਿੰਘ ਵਿਰਦੀ ਨੂੰ ਫੋਨ ਕਰੋ 604-725-3340। ਵਿਚਾਰਨ ਦੀ ਗੱਲ, ਅੱਜ ਆਪਾਂ ਵਿਚਾਰਦੇ ਹਾਂ ਕਿ ਫਲਦਾਰ ਦਰਖਤ ਅਤੇ ਗੁਣਵਾਨ ਵਿਅਕਤੀ ਸਿਰਫ ਇਹੋ ਹੀ ਝੁਕਦੇ ਨੇ, ਸੁੱਕਿਆ ਹੋਇਆ ਦਰਖਤ ਅਤੇ ਮੂਰਖ ਵਿਅਕਤੀ ਕਦੇ ਨਹੀਂ ਝੁਕਦਾ। ਝੁਕਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਕਿਤੇ ਨੀਵੇਂ ਹੋ ਜਾਣਾ ਜਾਂ ਕਿਸੇ ਦੇ ਥੱਲੇ ਲੱਗ ਜਾਣਾ। ਝੁਕਣ ਦਾ ਮਤਲਬ ਹੈ ਕਿ ਹਾਲਾਤ ਨੂੰ ਦੇਖ ਕੇ ਉਸ ਨਾਲ ਕੰਪਰੋਮਾਈਜ਼ ਕਰ ਲਓ ਜੇ ਆਪ ਗਲਤ ਹਾਂ, ਅਤੇ ਆਪਣੀ ਗਲਤੀ ਕਬੂਲ ਕਰਕੇ ਉੱਥੋਂ ਸਿੱਖ ਲਓ ਔਰ ਉਹਦੇ ਨਾਲ ਨਾਲ ਦੂਸਰੇ ਨੂੰ ਥੈਂਕਫੁਲ ਹੋਵੋ ਅਤੇ ਉਹਨੂੰ ਅਪਰੀਸ਼ੀਏਟ ਕਰੋ, ਭਈ ਤੂੰ ਸਹੀ ਹੈ ਯਾਰ, ਥੈਂਕ ਯੂ ਤੇਰਾ, ਤੂੰ ਮੈਨੂੰ ਕੋਈ ਨਵੀਂ ਗੱਲ ਸਿਖਾਤੀ। ਇਹੋ ਹੀ ਚੀਜ਼ਾਂ ਜਿਹੜੀਆਂ ਨੇ ਇਹ ਹਸਬੈਂਡ ਵਾਈਫ ਦੇ ਵਿੱਚ ਵੀ ਕਿਤੇ ਆ ਜਾਣ ਅਤੇ ਉਸ ਘਰ 'ਚ ਜੰਨਤ ਬਣ ਜਾਂਦੀ ਹੈ। ਲੇਕਿਨ ਆਮ ਤੌਰ 'ਤੇ ਅਸੀਂ ਬੜੇ ਸ਼ੋਰਟ ਟੈਂਪਰ ਰਹਿੰਦੇ ਹਾਂ। ਸਿਆਣੇ ਕਹਿੰਦੇ ਆ ਕਿ ਜਿਸ ਵੇਲੇ ਜਵਾਨੀ 'ਤੇ ਜੋਸ਼ ਹੁੰਦਾ ਹੈ ਉਸ ਵੇਲੇ ਹੋਸ਼ ਨਹੀਂ ਹੁੰਦਾ। ਬਹੁਤ ਸਾਰੀ ਉਮਰ ਹਸਬੈਂਡ ਵਾਈਫ ਜਿਹੜੇ ਆ ਆਪਣੀ ਜਵਾਨੀ ਦੀ ਲੜ ਝੜ ਕੇ ਬਿਤਾ ਦਿੰਦੇ ਆ ਅਤੇ ਹੋਮੇ ਵਿੱਚ ਹੀ ਬਿਤਾ ਦਿੰਦੇ ਆ। ਕਹਿੰਦੇ ਜੀ, ਇੱਕ ਬੰਦਾ ਕਹਿੰਦਾ, ਗੱਲ ਸੁਣੋ, ਜੇ ਤੁਹਾਡੀ ਘਰਵਾਲੀ ਤੁਹਾਡਾ ਕਹਿਣਾ ਨਹੀਂ ਮੰਨਦੀ ਨਾ, ਤਾਂ ਬਹੁਤਾ ਮੇਰੇ ਵੱਲ ਵੇਖੋ ਨਾ, ਕਿਸੇ ਦੀ ਵੀ ਨਹੀਂ ਮੰਨਦੀ, ਇਹਦਾ ਕੋਈ ਇਲਾਜ ਨਹੀਂ ਹੈਗਾ। ਲਓ ਚੱਲਦੇ ਹਾਂ ਜੀ ਆਪਾਂ ਇੱਕ ਹੋਰ ਜੋਕ 'ਤੇ। ਇੱਕ ਵਾਰੀ ਟੀਚਰ ਨੇ ਦੇਖਿਆ ਕਿ ਇੱਕ ਬੱਚਾ ਬੜਿਆਂ ਪੰਛੀਆਂ ਦੀਆਂ ਗੱਲਾਂ ਕਰਦਾ ਅਤੇ ਉਹਨੂੰ ਪੁੱਛਦਾ, ਵੀ ਤੈਨੂੰ ਬੜੇ ਪੰਛੀਆਂ ਦੇ ਬਾਰੇ ਜਾਣਕਾਰੀ ਹੈ? ਕਹਿੰਦਾ, ਹਾਂਜੀ। ਕਹਿੰਦਾ, ਚੱਲ ਇੰਨਾ ਦੱਸ, ਕਿਹੜਾ ਪੰਛੀ ਆ ਜਿਹੜਾ ਨਹੀਂ ਉੱਡ ਸਕਦਾ? ਉਹ ਬੱਚਾ ਸੋਚਦਾ ਰਿਹਾ ਸੋਚਦਾ ਰਿਹਾ, ਜਦੋਂ ਉਹਨੂੰ ਕੋਈ ਨਹੀਂ ਸੁੱਝਿਆ ਨਾ, ਕਹਿੰਦਾ, ਜੀ ਮਰਿਆ ਹੋਇਆ। IELTS, ਸੈਲਫ-ਹੈਲਪ, ਸਿਟੀਜ਼ਨਸ਼ਿਪ ਅਸੀਂ ਨਹੀਂ ਬੋਲਦੇ, ਇਹ ਤਾਂ ਸਾਡੀ ਪ੍ਰੋਫੈਸ਼ਨਲ ਕੋਚਿੰਗ ਬੋਲਦੀ ਹੈ। ਕਾਲ ਕਰੋ 604-725-3340। ਆਂਖੋਂ ਵਾਲੋ ਕੋ ਹਿੰਦੂ ਔਰ ਮੁਸਲਮਾਨ ਨਜ਼ਰ ਆਤਾ ਹੈ, ਮੈਂ ਤੋ ਅੰਧਾ ਹੂੰ ਭਾਈ, ਮੁਝੇ ਤੋ ਹਰ ਸ਼ਖਸ ਮੈਂ ਇਨਸਾਨ ਨਜ਼ਰ ਆਤਾ ਹੈ। ਹੁਣ ਅੰਗਰੇਜ਼ੀ ਬੋਲਣੀ ਸਿੱਖਣੀ ਹੋਰ ਵੀ ਆਸਾਨ। IELTS, LPI, ਅੰਗਰੇਜ਼ੀ ਦੀਆਂ ਕਲਾਸਾਂ ਜਾਂ ਹੋਰ ਜਾਣਕਾਰੀ ਲਈ ਪ੍ਰੋਫੈਸਰ ਅਵਤਾਰ ਸਿੰਘ ਵਿਰਦੀ ਨੂੰ ਫੋਨ ਕਰੋ 604-725-3340। ਸਾਡਾ ਕੈਨੇਡਾ, ਅੱਜ ਆਪਾਂ ਇਸ 'ਤੇ ਵਿਚਾਰਦੇ ਹਾਂ ਕਿ ਕੈਨੇਡਾ ਦੀ ਇਕੋਨਮੀ ਕਿਹੜੀਆਂ ਇੰਡਸਟਰੀਜ਼ ਦੇ ਕਰਕੇ ਚੱਲਦੀ ਹੈ ਔਰ ਗਰੋ ਕਰਦੀ ਹੈ। ਸਾਡੀਆਂ 3 ਮੇਜਰ ਇੰਡਸਟਰੀਜ਼ ਨੇ, ਸਰਵਿਸ ਇੰਡਸਟਰੀ, ਮੈਨੂਫੈਕਚਰਿੰਗ ਇੰਡਸਟਰੀ ਅਤੇ ਨੈਚੁਰਲ ਰਿਸੋਰਸਿਸ। ਸਰਵਿਸ ਇੰਡਸਟਰੀ ਦੇ ਵਿੱਚ ਟਰੱਕ ਡਰਾਈਵਰਸ, ਡਾਕਟਰਸ ਜਾਂ ਮਾਈਨਿੰਗ 'ਚ ਕੰਮ ਕਰਨ ਵਾਲੇ ਜਾਂ ਲੋਕ ਜਿਹੜੇ ਬੈਂਕਿੰਗ ਕਰਦੇ ਆ, ਜਿੱਥੇ ਵੀ ਜਾ ਕੇ ਆਪਣੀ ਸਕਿੱਲ ਕੋਈ ਦੇ ਕੇ ਆਉਂਦਾ ਆ, ਉਹ ਜਿਹੜੀ ਹੈ ਤੁਹਾਡੀ ਸਕਿੱਲ ਜੋ ਹੈ ਸਰਵਿਸ ਇੰਡਸਟਰੀ ਕਹਿਲਵਾਉਂਦੀ ਹੈ। ਸਕੂਲ ਦੇ ਵਿੱਚ ਟੀਚਰ ਵੀ ਨੇ
ਉਹ ਸਕਿੱਲ ਆਪਣਾ ਦੇ ਕੇ ਆਉਂਦੇ ਹੈ ਅਤੇ ਇਹ ਸਰਵਿਸ ਦਿੰਦੇ ਨੇ। ਕੈਨੇਡਾ ਵਿੱਚ 75% ਲੋਕ ਜਿਹੜੇ ਨੇ ਉਹ ਸਰਵਿਸ ਇੰਡਸਟਰੀ 'ਚ ਕੰਮ ਕਰਦੇ ਨੇ। ਦੂਸਰੀ ਹੈ ਮੈਨੂਫੈਕਚਰਿੰਗ ਇੰਡਸਟਰੀ, ਜਿਸ ਵਿੱਚ ਕੁਛ ਨਾ ਕੁਛ ਬਣਾਇਆ ਜਾਂਦਾ ਹੈ, ਜਿਵੇਂ ਆਟੋਮੋਬਾਈਲ ਬਣਦੇ ਨੇ, ਪਲਪ ਐਂਡ ਪੇਪਰ ਬਣਦਾ ਹੈ, ਫਾਰਮਾਸਿਊਟੀਕਲ ਇੰਡਸਟਰੀ ਹੈ, ਦਵਾਈਆਂ ਬਣਦੀਆਂ ਨੇ, ਐਰੋਨੋਟਿਕਸ ਇੰਡਸਟਰੀ ਹੈ, ਆਟੋਮੋਬਾਈਲਸ, ਕਾਰਾਂ, ਗੱਡੀਆਂ ਜੋ ਬਣਦੀਆਂ ਨੇ। ਤੋ ਜਿੱਥੇ ਵੀ ਇੰਡਸਟਰੀ 'ਚ ਕੁਛ ਬਣਦਾ ਹੈ, ਤਿਆਰ ਹੁੰਦਾ ਹੈ, ਉਸਨੂੰ ਮੈਨੂਫੈਕਚਰਿੰਗ ਇੰਡਸਟਰੀ ਕਹਿੰਦੇ ਨੇ। ਤੀਸਰੀ ਇੰਪੋਰਟੈਂਟ ਇੰਡਸਟਰੀ ਹੈ ਨੈਚੁਰਲ ਰਿਸੋਰਸਿਸ। ਕੈਨੇਡਾ ਦੇ ਕੋਲ ਬਹੁਤ ਇੰਪੋਰਟੈਂਟ ਨੈਚੁਰਲ ਰਿਸੋਰਸਿਸ ਨੇ, ਜਿਵੇਂ ਸਭ ਤੋਂ ਵੱਡੀ ਗੱਲ ਤਾਂ ਪਾਣੀ, ਆਇਲ ਐਂਡ ਗੈਸ, ਫਿਸ਼ਿੰਗ, ਫਿਰ ਅਖਾਣਾਂ ਵਿੱਚੋਂ ਜਿਹੜੇ ਮੈਟਲਸ ਨਿਕਲਦੇ ਨੇ ਜਿਵੇਂ ਗੋਲਡ, ਕਾਪਰ, ਜ਼ਿੰਕ, ਲੈਡ ਅਤੇ ਡਾਇਮੰਡਸ, ਜਿਹੜੇ ਕਿ ਮੈਟਲ ਨਹੀਂ ਹੈ, ਨੋਨ ਮੈਟਲ ਹੈ, ਲੇਕਿਨ ਬੜਾ ਇੰਪੋਰਟੈਂਟ ਇਹ ਖਣਿਜ ਹੈ। ਇਹੋ ਜਿਹੀ ਜਿਹੜੀ ਇੰਡਸਟਰੀ ਹੈ ਇਸ ਨੂੰ ਨੈਚੁਰਲ ਰਿਸੋਰਸਿਸ ਕਿਹਾ ਜਾਂਦਾ ਹੈ। ਤੋ ਇਹ ਤਿੰਨੋਂ ਇੰਡਸਟਰੀਆਂ ਕੈਨੇਡਾ ਦੀਆਂ ਬੜੀਆਂ ਇੰਪੋਰਟੈਂਟ ਇੰਡਸਟਰੀਜ਼ ਨੇ, ਜਿਸ ਦੇ ਨਾਲ ਕੈਨੇਡਾ ਦੀ ਇਕੋਨਮੀ ਬੜੇ ਇੰਪੋਰਟੈਂਟ ਤਰੀਕੇ ਨਾਲ ਜੁੜੀ ਹੋਈ ਹੈ। ਲਓ ਚੱਲਦੇ ਹਾਂ ਜੀ ਆਪਾਂ ਇੱਕ ਹੋਰ ਜੋਕ 'ਤੇ। ਇੰਡੀਆ ਦੇ ਵਿੱਚ ਨੋਰਮਲੀ ਈਅਰਲੀ ਸਿਸਟਮ ਚੱਲਦਾ ਹੈ ਐਜੂਕੇਸ਼ਨ ਦਾ, ਅਤੇ ਡਿਵੈਲਪ ਕੰਟਰੀਜ਼ ਦੇ ਵਿੱਚ ਸਮੈਸਟਰ ਸਿਸਟਮ ਹੈ। ਅਤੇ ਜਿੱਥੇ ਈਅਰਲੀ ਸਿਸਟਮ ਸੀ, ਇੱਕ ਉੱਥੇ ਦਾ ਟੀਚਰ ਜੋ ਹੈ ਉਹ ਇੱਕ ਕਲਾਸ ਵਿੱਚ ਪੁੱਛਦਾ ਵੀ ਸਟੂਡੈਂਟਸ ਦੱਸੋ ਈਅਰਲੀ ਸਿਸਟਮ ਦੇ ਅਤੇ ਸਮੈਸਟਰ ਸਿਸਟਮ ਦੇ ਕੀ ਫਾਇਦੇ ਨੇ। ਇੱਕ ਨਲਾਇਕ ਜਿਹਾ ਮੁੰਡਾ ਸੀ, ਖੜ੍ਹਾ ਹੋਇਆ, ਕਹਿੰਦਾ ਸਰ ਜੀ ਸਮੈਸਟਰ ਸਿਸਟਮ ਦਾ ਫਾਇਦਾ ਤਾਂ ਪਤਾ ਨਹੀਂ, ਪਰ ਨੁਕਸਾਨ ਇਹਦਾ ਮੈਨੂੰ ਬੜਾ ਹੋਇਆ ਕਰਨਾ। ਕਹਿੰਦਾ ਕਿਵੇਂ? ਸਰ ਜੀ ਜਿੱਥੇ ਸਾਲ 'ਚ ਇੱਕ ਵਾਰੀ ਬੇਇੱਜ਼ਤੀ ਹੁੰਦੀ ਆ, ਮੇਰੀ 2 ਵਾਰੀ ਹੋ ਜਾਇਆ ਕਰਨੀ ਹੈ। ਪ੍ਰੋਫੈਸਰ ਵੀਰ ਜੀ, ਔਰ ਇਹਨਾਂ ਪ੍ਰੋਗਰਾਮ ਆਤਾ ਹੈ ਵਿਹੜਾ ਖੁਸ਼ੀਆਂ ਦਾ, ਉਹ ਤੁਸੀਂ ਵੇਖਦੇ ਰਹਿੰਦੇ ਹੋ, ਤੁਹਾਨੂੰ ਮਜ਼ਾ ਆ ਰਿਹਾ ਹੋਗਾ, ਮੈਨੂੰ ਪਤਾ ਹੈ ਤੁਸੀਂ ਇੰਜੋਏ ਵੀ ਕਰਦੇ ਹੋ। ਭਾਅ ਜੀ ਤੁਸੀਂ ਤਾਂ ਕਮਾਲ ਕਰਦੇ ਹੋ ਭਾਅ ਜੀ, ਤੁਹਾਡਾ ਪ੍ਰੋਗਰਾਮ ਦੇ ਬੜੀ ਤਾਰੀਫ ਸੁਣਿਆ ਮੈਂ। ਜਨਾਬ ਮੈਂ ਤਾਂ ਆਪ ਦੀ ਤਰਫ ਦੇਖ ਕੇ ਆਪ ਤੋਂ ਇੰਸਪੀਰੇਸ਼ਨ ਲੈ ਕੇ ਜਾ ਸਕਦਾ ਹਾਂ ਜੀ। ਸ਼ੁਕਰੀਆ ਆਪਕਾ, ਥੈਂਕ ਯੂ ਵੈਰੀ ਮਚ। ਆਪਕਾ ਬਹੁਤ ਬਹੁਤ ਮੁਬਾਰਕ, ਬੇੜਾ ਖੁਸ਼ੀਆਂ ਦਾ ਦੇਖਤੇ ਰਹੀਏ, ਇੰਜੋਏ ਕਰਤੇ ਰਹੀਏ। ਥੈਂਕ ਯੂ ਵੈਰੀ ਮਚ। Marvelous English speaking course, the best course for ESL, you betcha. East or West, Professor Verdi is the best. Waited for this moment my entire life. ਕਹਿਣ ਨੂੰ ਤਾਂ ਬਹੁਤ ਕੁਝ ਹੈ, but words can't express my joy. It's more than a car to me. Thanks to Basanth Motors for introducing us. ਆਂਖੋਂ ਵਾਲੋਂ ਕੋ ਹਿੰਦੂ ਔਰ ਮੁਸਲਮਾਨ ਨਜ਼ਰ ਆਤਾ ਹੈ, ਮੈਂ ਤੋ ਅੰਧਾ ਹੂੰ ਭਾਈ, ਮੁਝੇ ਤੋ ਹਰ ਸ਼ਖਸ ਮੈਂ ਇਨਸਾਨ ਨਜ਼ਰ ਆਤਾ ਹੈ। ਕੋਚਿੰਗ ਦੀ ਬਹੁਤ ਜਗ੍ਹਾ ਕੋਸ਼ਿਸ਼ ਕੀਤੀ ਪਰ ਮੈਨੂੰ ਕਿਤੇ ਤਸੱਲੀ ਨਹੀਂ ਹੋਈ, ਮੇਰੀ ਤਸੱਲੀ ਮਾਰਵਲਸ ਕਾਲਜ ਆ ਕੇ ਹੀ ਹੋਈ। ਹੁਣ ਅੰਗਰੇਜ਼ੀ ਬੋਲਣੀ ਸਿੱਖਣੀ ਹੋਰ ਵੀ ਆਸਾਨ। IELTS LPI ਅੰਗਰੇਜ਼ੀ ਦੀਆਂ ਕਲਾਸਾਂ ਜਾਂ ਹੋਰ ਜਾਣਕਾਰੀ ਲਈ ਪ੍ਰੋਫੈਸਰ ਅਵਤਾਰ ਸਿੰਘ ਵਿਰਦੀ ਨੂੰ ਫੋਨ ਕਰੋ 604-725-3340। ਜਾਏ 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 ਜਾਏ
ਪਾਸੇ ਢਾਬ ਸੁਣੀ ਨੀ ਪਰਲੇ ਪਾਸੇ ਟੋਬਾ ਵੀ ਟੋਬੇ ਤੇ ਇੱਕ ਸਾਧੂ ਰਹਿੰਦਾ ਜਗ ਵਿੱਚ ਉਹਦੀ ਸੋਭਾ ਵੀ ਆਉਂਦੀ ਜਾਂਦੀ ਨੂੰ ਘੜਾ ਚੁਕਾਉਂਦਾ ਮਗਰੋਂ ਮਾਰਦਾ ਗੋਟਾ ਰੱਖ ਮੇਰਾ ਇੰਗਲਿਸ਼ ਇਜ਼ ਵੈਰੀ ਈਜ਼ੀ ਲਓ ਇਹਦੇ ਵਿੱਚ ਅੱਜ ਤੁਹਾਨੂੰ ਅਸੀਂ ਦੱਸਦੇ ਹਾਂ ਆਪਣੀ ਮਾਰਵਲਸ ਇੰਗਲਿਸ਼ ਸਪੀਕਿੰਗ ਕੋਰਸ ਦੇ ਪੇਜ ਨੰਬਰ 276 ਤੋਂ ਲਈ ਗਈ ਸਕਿੱਟ ਹਾਏ ਰੱਬਾ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ ਵਿੱਚੋਂ ਕੁਝ ਸੈਂਟੈਂਸਿਸ ਇੱਕ ਜਣਾ ਉਹਦੇ 'ਚ ਬੋਲਦਾ ਹੈ ਕਿ ਯਾਰ ਪਤਾ ਨਹੀਂ ਮੇਰੇ ਕੋਲੋਂ ਅੰਗਰੇਜ਼ੀ ਕਿਉਂ ਨਹੀਂ ਬੋਲੀ ਜਾਂਦੀ ਡੀਅਰ ਆਈ ਡੋਂਟ ਨੋ ਵਾਈ ਆਈ ਐਮ ਅਨਏਬਲ ਟੂ ਸਪੀਕ ਇੰਗਲਿਸ਼ ਇੱਕ ਜਣਾ ਕਹਿੰਦਾ ਕਿਉਂ ਯਾਰ ਕਦੀ ਮੈਂ ਵੀ ਅੰਗਰੇਜ਼ੀ ਬੋਲ ਸਕਾਂਗਾ ਵਿਲ ਆਈ ਐਵਰ ਬੀ ਏਬਲ ਟੂ ਸਪੀਕ ਇੰਗਲਿਸ਼ ਅਤੇ ਅੱਗਿਓਂ ਦੂਸਰਾ ਜਵਾਬ ਦਿੰਦਾ ਹੈ ਆਈ ਫੀਲ ਆਈ ਵਿਲ ਨੈਵਰ ਬੀ ਏਬਲ ਟੂ ਸਪੀਕ ਇੰਗਲਿਸ਼ ਇਹਨਾਂ ਵਿੱਚ ਜੋ ਵਿਲ ਐਵਰ ਬੀ ਏਬਲ ਟੂ ਜਾਂ ਨੈਵਰ ਬੀ ਏਬਲ ਟੂ ਐਵਰ ਬੀ ਏਬਲ ਟੂ ਅਤੇ ਨੈਵਰ ਬੀ ਏਬਲ ਟੂ ਇਹ ਫਰੇਜ਼ ਇਕੱਠੇ ਅਗਰ ਤੁਸੀਂ ਯਾਦ ਕਰ ਲੈਂਦੇ ਹੋ ਤਾਂ ਤੁਹਾਡੀ ਅੰਗਰੇਜ਼ੀ ਵਿੱਚ ਬਹੁਤ ਜ਼ਿਆਦਾ ਕਮਾਂਡ ਹੋਰ ਡਿਵੈਲਪ ਹੋ ਜਾਏਗੀ ਜਿਵੇਂ ਜੇ ਤੁਸੀਂ ਕਹਿਣਾ ਹੋਵੇ ਯਾਰ ਮੈਂ ਵੀ ਕਦੀ ਇੱਥੇ ਪੀ ਆਰ ਹੋਵਾਂਗਾ ਵਿਲ ਆਈ ਐਵਰ ਬੀ ਏਬਲ ਟੂ ਬਿਕਮ ਪੀ ਆਰ ਆਫ ਕੈਨੇਡਾ ਵਿਲ ਆਈ ਐਵਰ ਬੀ ਏਬਲ ਟੂ ਬਿਕਮ ਏ ਸਿਟੀਜ਼ਨ ਆਫ ਕੈਨੇਡਾ ਆਈ ਡੋਂਟ ਥਿੰਕ ਆਈ ਵਿਲ ਐਵਰ ਬੀ ਏਬਲ ਟੂ ਲਰਨ ਦਿਸ ਸਕਿੱਲ ਮੈਨੂੰ ਨਹੀਂ ਲੱਗਦਾ ਕਿ ਮੈਂ ਕਦੀ ਜ਼ਿੰਦਗੀ 'ਚ ਇਹ ਸਕਿੱਲ ਲਰਨ ਕਰ ਪਾਵਾਂਗਾ ਤਾਂ ਇਹ ਐਵਰ ਬੀ ਏਬਲ ਟੂ ਅਤੇ ਨੈਵਰ ਬੀ ਏਬਲ ਟੂ ਬੜੇ ਵਧੀਆ ਫਰੇਜ਼ ਨੇ ਇਹੋ ਜਿਹੇ ਫਰੇਜ਼ ਨੂੰ ਯਾਦ ਕਰਕੇ ਯੂਜ਼ ਕਰੋਗੇ ਤੁਹਾਡੀ ਅੰਗਰੇਜ਼ੀ ਦੀ ਕਮਾਂਡ ਬਹੁਤ ਵਧੀਆ ਹੋ ਜਾਏਗੀ ਇੱਕ ਟੀਚਰ ਪੁੱਛਦਾ ਹੈ ਆਪਣੇ ਸਟੂਡੈਂਟ ਨੂੰ ਕਿ ਬੱਚਿਓ ਅੱਜ ਮੈਂ ਤੁਹਾਨੂੰ ਟੈਂਸ ਸਿਖਾਉਣੇ ਨੇ ਇਹ ਦੋ ਟੈਂਸਿਸ ਜੋ ਨੇ ਪੰਜਾਬੀ ਦੇ ਦੱਸੋ ਇਹਨਾਂ ਵਿੱਚ ਕੀ ਫਰਕ ਹੈ ਇੱਕ ਹੈ ਕਿ ਉਸਨੇ ਕੱਪੜੇ ਧੋਤੇ ਦੂਸਰਾ ਹੈ ਉਸਨੂੰ ਕੱਪੜੇ ਧੋਣੇ ਪਏ ਹਾਂ ਬਈ ਬਿੱਟੂ ਤੂੰ ਖੜਾ ਹੋ ਉਹ ਖੜਾ ਹੁੰਦਾ ਜੀ ਦੱਸ ਬਈ ਇਹਨਾਂ ਦੋਨਾਂ ਦੇ ਵਿੱਚ ਕੀ ਫਰਕ ਹੈ ਮਾਸਟਰ ਜੀ ਉੱਦਾਂ ਤਾਂ ਪਤਾ ਨਹੀਂ ਪਰ ਐਂ ਲੱਗਦਾ ਪਹਿਲੇ ਸੈਂਟੈਂਸ ਵਿੱਚ ਬੰਦਾ ਜਿਹੜਾ ਉਹ ਕੁਆਰਾ ਹੈ ਅਤੇ ਦੂਜੇ ਵਿੱਚ ਵਿਆਹਿਆ ਹੋਇਆ ਹੈ ਪ੍ਰੋਫੈਸਰ ਵੀਰ ਜੀ ਔਰ ਇਨਕਾ ਪ੍ਰੋਗਰਾਮ ਆਤਾ ਹੈ ਵਿਹੜਾ ਖੁਸ਼ੀਆਂ ਦਾ ਉਹ ਤੁਸੀਂ ਵੇਖਦੇ ਰਹਿੰਦੇ ਹੋ ਤੁਹਾਨੂੰ ਮਜ਼ਾ ਆ ਰਿਹਾ ਹੋਗਾ ਮੈਨੂੰ ਪਤਾ ਹੈ ਤੁਸੀਂ ਇੰਜੋਏ ਵੀ ਕਰਦੇ ਹੋ ਭਾਅ ਜੀ ਤੁਸੀਂ ਤਾਂ ਕਮਾਲ ਕਰਦੇ ਹੋ ਭਾਅ ਜੀ ਤੁਹਾਡਾ ਪ੍ਰੋਗਰਾਮ ਤਾਂ ਬੜੀ ਤਾਰੀਫ ਸੁਣਿਆ ਮੈਂ ਜਨਾਬ ਮੈਂ ਤਾਂ ਆਪਕੀ ਤਰਫ ਦੇਖ ਕੇ ਆਪਸੇ ਇਨਸਪੀਰੇਸ਼ਨ ਲੈ ਕੇ ਸਭ ਕਰਤਾ ਹਾਂ ਜੀ ਸ਼ੁਕਰੀਆ ਆਪਕਾ ਥੈਂਕ ਯੂ ਵੈਰੀ ਮਚ ਆਪਕਾ ਬਹੁਤ ਬਹੁਤ ਮੁਬਾਰਕ ਵਿਹੜਾ ਖੁਸ਼ੀਆਂ ਦਾ ਦੇਖਦੇ ਰਹੀਏ ਇੰਜੋਏ ਕਰਦੇ ਰਹੀਏ ਥੈਂਕ ਯੂ ਵੈਰੀ ਮਚ ਮਾਰਵਲਸ ਇੰਗਲਿਸ਼ ਸਪੀਕਿੰਗ ਕੋਰਸ ਦ ਬੈਸਟ ਕੋਰਸ ਫਾਰ ESL ਯੂ ਬੈਟਚਾ ਈਸਟਰ ਵੈਸਟ ਪ੍ਰੋਫੈਸਰ ਵਰਡੀ ਇਜ਼ ਦ ਬੈਸਟ ਦੇਖਦੇ ਹਾਂ ਕਿ ਅੱਜ ਦੇ ਧਾਰਮਿਕ ਸੈਗਮੈਂਟ ਵਿੱਚ ਪ੍ਰੋਫੈਸਰ ਸਾਹਿਬ ਆਪਣੇ ਦਰਸ਼ਕਾਂ ਲਈ ਕੀ ਜਾਣਕਾਰੀ ਲੈ ਕੇ ਹਨ ਜੀ ਪ੍ਰੋਫੈਸਰ ਸਾਹਿਬ ਰਣਜੀਤ ਜੀ ਜੀ ਸਲੋਕ ਆਉਂਦੇ ਨੇ ਫਰੀਦ ਸਾਹਿਬ ਦੇ ਕਿ ਜੇ ਜਾਣਾ ਤਿਲ ਥੋੜੜੇ ਤਾਂ ਸੰਭਲ ਬੁੱਕ ਭਰੀ ਜੇ ਜਾਣਾ ਸੌ ਨੰਨੜਾ ਤਾਂ ਥੋੜ੍ਹਾ ਮਾਣ ਕਰੀ ਕਿ ਜੇ ਮੈਂ ਜਾਣਦਾ ਕਿ ਤਿਲ ਥੋੜ੍ਹੇ ਹੈ ਤਾਂ ਮੈਂ ਬੜੀ ਸੰਭਲ ਕੇ ਇਹਦੀ ਬੁੱਕ ਭਰਦਾ ਜੀ ਜੇ ਜਾਣਾ ਮੇਰਾ ਸਾਹ ਜਿਹੜਾ ਬੜਾ ਹੀ
ਲਿਮਿਟਡ ਆ ਜਾਂ ਮੈਨੂੰ ਉਮਰ ਬੜੀ ਥੋੜ੍ਹੀ ਹੈ ਤਾਂ ਥੋੜ੍ਹਾ ਮਾਣ ਕਰੀ ਇਹ ਨੂੰ ਜਿਸ ਤਰ੍ਹਾਂ ਮਰਜ਼ੀ ਤੁਸੀਂ ਟ੍ਰਾਂਸਲੇਸ਼ਨ ਸਮਝ ਲਓ ਜੋ ਇਹ ਕਹਿਣਾ ਚਾਹੁੰਦੇ ਆ ਇਹਦੇ ਵਿੱਚ ਅਰਥ ਇਹ ਹੈ ਅਲਟੀਮੇਟਲੀ ਕਿ ਜੇ ਅਸੀਂ ਜਾਣੀਏ ਕਿ ਸਾਡਾ ਜਿੰਨਾ ਕੁ ਹਿੱਸਾ ਬਣਦਾ ਆ ਇਹ ਉਹਦੇ ਵਿੱਚੋਂ ਸਾਨੂੰ ਕਿੰਨਾ ਕੁ ਚਾਹੀਦਾ ਆ ਅਤੇ ਉਹਨੂੰ ਸੰਭਲ ਕੇ ਅਸੀਂ ਚੀਜ਼ ਨੂੰ ਵਰਤੀਏ ਅਤੇ ਤਾਂ ਜ਼ਿੰਦਗੀ ਵਿੱਚ ਕਾਮਯਾਬ ਹੋ ਸਕਦੇ ਹਾਂ ਅਤੇ ਜੇ ਮੈਂ ਜਾਣਾ ਕਿ ਮੇਰਾ ਸੌ ਨੰਨੜਾ ਹੈ ਅਤੇ ਮੈਂ ਥੋੜ੍ਹਾ ਮਾਣ ਕਰਾਂ ਮੈਂ ਜਿੰਨਾ ਵੀ ਦੇਖਿਆ ਕਿਸੇ ਨੇ ਵੀ ਮਾਣ ਜਿੰਨਾ ਮਰਜ਼ੀ ਕੀਤਾ ਐਂਡ ਉਹਨਾਂ ਦਾ ਜੋ ਹੈ ਉਹ ਕਿੱਥੇ ਹੈ ਕਬਰਸਤਾਨ ਦੇ ਵਿੱਚ ਜਾਂ ਫਿਊਨਰਲ ਹੋਮ ਦੇ ਵਿੱਚ ਹੈ ਹਰ ਇਨਸਾਨ ਜਿਹੜਾ ਕਹਿੰਦਾ ਕਿ ਮੇਰੇ ਵਰਗਾ ਕੋਈ ਨਹੀਂ ਇਹ ਵਕਤ ਸਭ ਤੋਂ ਜ਼ਿਆਦਾ ਪਾਵਰਫੁੱਲ ਚੀਜ਼ ਹੈ ਇਹਨੇ ਕਿਸੇ ਵੀ ਮਾਣ ਤੋਂ ਵੱਡੇ ਮਾਣ ਕਰਨ ਵਾਲੇ ਇਨਸਾਨ ਜਿਹੜੇ ਆ ਜਿਹਨਾਂ ਨੂੰ ਕੋਈ ਇੱਦਾਂ ਲੱਗਦਾ ਹੋਊਗਾ ਕਿਸੇ ਵੇਲੇ ਕਿ ਉਹਨਾਂ ਵਰਗਾ ਦੁਨੀਆ 'ਤੇ ਕਦੀ ਪੈਦਾ ਨਹੀਂ ਹੋਣਾ ਉਹਨਾਂ ਦਾ ਵੀ ਅਸਤਿਤਵ ਵੀ ਮਿਟਾ ਦਿੱਤਾ ਜੀ ਬਿਲਕੁਲ ਬਹੁਤ ਜਣੇ ਮਾਣ ਕਰਦੇ ਆ ਬਹੁਤ ਜਣੇ ਅਸੀਂ ਵੀ ਖੁਦ ਕਰ ਜਾਂਦੇ ਹਾਂ ਲੇਕਿਨ ਇਹ ਤਾਂ ਇਹ ਹੈ ਕਿ ਜਿਵੇਂ ਪਾਣੀ 'ਤੇ ਕੋਈ ਲੀਕ ਵਾਈ ਹੋਵੇ ਤਾਂ ਉਹਦਾ ਪਤਾ ਨਹੀਂ ਲੱਗਦਾ ਇੱਕ ਬੜੀ ਵਧੀਆ ਕਿਸੇ ਨੇ ਪਿਕਚਰ ਭੇਜੀ ਉਹ 'ਚ ਲਿਖਿਆ ਕਿ ਪੰਛੀ ਜਿਉਂਦੇ ਜੀ ਕੀੜੇ ਖਾਂਦਾ ਹੈ ਪਰ ਜਦੋਂ ਮਰ ਜਾਂਦਾ ਹੈ ਉਹ ਹੀ ਕੀੜੇ ਫਿਰ ਉਸਦਾ ਮਾਸ ਖਾਂਦੇ ਨੇ ਇਹ ਵਕਤ ਕਿੰਨਾ ਬਲਵਾਨ ਹੈ ਅਸੀਂ ਇਸ ਨੂੰ ਪਹਿਚਾਣ ਲਈਏ ਇਸ ਦੇ ਨਾਲ ਸਾਨੂੰ ਵਕਤ ਦੀ ਇੰਪੋਰਟੈਂਸ ਵੀ ਸਮਝ ਲੈਣੀ ਚਾਹੀਦੀ ਹੈ ਕਿ ਗਿਆ ਵਕਤ ਹੱਥ ਨਹੀਂ ਆਉਂਦਾ ਇਸ ਨੂੰ ਅਸੀਂ ਪ੍ਰੈਕਟੀਕਲ ਵੀ ਅਜਮਾ ਕੇ ਦੇਖੀਏ ਸਾਡੇ ਬੱਚੇ ਸਕੂਲਾਂ ਵਿੱਚ ਜੇ ਪੜ੍ਹ ਰਹੇ ਆ ਤਾਂ ਉਹਨਾਂ ਕੋਲ ਬਹੁਤ ਸਮਾਂ ਹੁੰਦਾ ਹੈ ਆਪਣੀ ਪੜ੍ਹਾਈ ਕਰਕੇ ਆਪਣਾ ਕਰੀਅਰ ਬਣਾਉਣ ਲਈ ਗਿਆਨ ਇਕੱਠਾ ਕਰਨ ਲਈ ਲੇਕਿਨ ਉਹ ਸ਼ਾਇਦ ਸੋਚਦੇ ਆ ਕਿ ਵੱਡੇ ਐਸ਼ ਕਰਦੇ ਆ ਅਤੇ ਸਾਨੂੰ ਐਵੇਂ ਹੀ ਪੜ੍ਹਨ ਵਾਸਤੇ ਲਗਾ ਕੇ ਬਿਠਾਇਆ ਹੋਇਆ ਇਹ ਛੋਟੀ ਉਮਰ ਦਾ ਜਾਂ ਸਟੂਡੈਂਟ ਏਜ ਜਿਹੜੀ ਹੈ ਛੋਟੀ ਆਪਣੀ ਟੀਨਏਜਰ ਕਹਿ ਲਓ ਜਿਹੜੇ ਨੇ ਉਹਨਾਂ ਦੇ ਟਾਈਮ 'ਤੇ ਜੋ ਗਿਆਨ ਇਕੱਠਾ ਕਰ ਲਿਆ ਰੂਹ ਦੇ ਨਾਲ ਉਹ ਸਾਰੀ ਉਮਰ ਸਾਨੂੰ ਕੰਮ ਆਉਂਦਾ ਹੈ ਅਸੀਂ ਹੁਣੇ ਉਦਾਹਰਣ ਇੱਕ ਦੇਖ ਰਹੇ ਸੀ ਇੱਕ ਕੇਸ ਹੋਇਆ ਕਿ ਕੋਈ ਜਣਾ ਏਅਰਪੋਰਟ ਤੋਂ ਆ ਰਿਹਾ ਹੈ ਅਤੇ ਉਹਨੂੰ ਅੰਗਰੇਜ਼ੀ ਨਹੀਂ ਆਉਂਦੀ ਅਤੇ ਕਦੇ ਉਹ ਬਾਹਰ ਨਹੀਂ ਨਿਕਲਿਆ ਉਸਨੂੰ ਚਾਈਨਾ ਦੇ ਵਿੱਚ ਇੱਕ ਦਿੱਕਤ ਆਈ ਅਤੇ ਇੰਨਾ ਵੀ ਉਹਦੇ ਅੰਦਰ ਕੌਨਫੀਡੈਂਸ ਨਹੀਂ ਕਿਉਂਕਿ ਉੱਥੇ ਇੱਕ ਤਾਂ ਇੰਗਲਿਸ਼ ਦੀ ਪ੍ਰੋਬਲਮ ਹੈ ਸ਼ਾਇਦ ਔਰ ਦੂਸਰੀ ਗੱਲ ਕਿ ਅਗਰ ਇੰਗਲਿਸ਼ ਦੀ ਪ੍ਰੋਬਲਮ ਨਹੀਂ ਵੀ ਹੈ ਤਾਂ ਇੰਨਾ ਵੀ ਕੌਨਫੀਡੈਂਸ ਨਹੀਂ ਹੈ ਕਿਉਂਕਿ ਉਹ ਬਹੁਤਾ ਐਜੂਕੇਟਡ ਇਨਸਾਨ ਨਹੀਂ ਹੈ ਉਹ ਉਹਨਾਂ ਨੂੰ ਆਪਣੀ ਗੱਲ ਕਨਵਿੰਸ ਨਹੀਂ ਕਰ ਪਾ ਰਿਹਾ ਐਜੂਕੇਸ਼ਨ ਦਾ ਮਤਲਬ ਸਿਰਫ ਇੱਕ ਵਧੀਆ ਜੋਬ ਲੈਣੀ ਹੀ ਨਹੀਂ ਹੈ ਜ਼ਿੰਦਗੀ ਵਿੱਚ ਇੱਕ ਸੈਲਫ ਕੌਨਫੀਡੈਂਸ ਰੱਖਣਾ ਆਪਣਾ ਰਾਈਟ ਜਾਣਨਾ ਅਤੇ ਕਨਵਿੰਸ ਕਰਕੇ ਕਿਸੇ ਨੂੰ ਆਪਣਾ ਕੰਮ ਕਰਵਾਉਣਾ ਇਹ ਵੀ ਇੱਕ ਬਹੁਤ ਵੱਡਾ ਐਜੂਕੇਸ਼ਨ ਦਾ ਫਲ ਹੈ ਅਤੇ ਜਿਹੜੇ ਲੋਕ ਐਜੂਕੇਸ਼ਨ ਲੈਂਦੇ ਨੇ ਰੀਅਲ ਟਾਈਪ ਦੀ ਐਜੂਕੇਸ਼ਨ ਮੈਂ ਕਹਾਂਗਾ ਕਿ ਜਿਹੜੀ ਪੋਸਟ ਗ੍ਰੈਜੂਏਸ਼ਨ ਹੈ ਉਸ ਦੇ ਨਾਲ ਸਾਡਾ ਸੈਲਫ ਕੌਨਫੀਡੈਂਸ ਵੱਧਦਾ ਹੈ ਉਸ ਦੇ ਨਾਲ ਸਾਡੀ ਜ਼ਿੰਦਗੀ ਵਿੱਚ ਸਾਨੂੰ ਹਜ਼ਾਰਾਂ ਹੀ ਆਈਡੀਆਜ਼ ਆਉਂਦੇ ਆ ਕਿ ਅਸੀਂ ਜੇ ਕੰਮ ਇਸ ਤਰ੍ਹਾਂ ਨਹੀਂ ਹੋਇਆ ਤਾਂ ਇਸ ਤਰ੍ਹਾਂ ਕਰਕੇ ਕਰ ਲਈਏ ਸੋ ਅਲਟੀਮੇਟ ਮਾਣ ਕਦੇ ਨਾ ਕਿਸੇ ਚੀਜ਼ ਦਾ ਕਰੀਏ ਲੇਕਿਨ ਜੋ ਜ਼ਿੰਦਗੀ ਹੈ ਇਸ ਨੂੰ ਵਧੀਆ ਤੋਂ ਵਧੀਆ ਬਣਾ ਕੇ ਪਹਿਲਾਂ ਤਾਂ ਆਪਣੇ ਪੈਰ ਲਗਾਈਏ ਫਿਰ ਆਪਣੇ ਮਾਂ ਬਾਪ ਨੂੰ ਆਪਣੇ ਪਰਿਵਾਰ ਨੂੰ ਸਪੋਰਟ ਕਰੀਏ ਜਦੋਂ ਇੱਕ ਵਕਤ ਆਵੇ ਉਸ ਤੋਂ ਬਾਅਦ ਅਸੀਂ ਆਪਾਂ ਸਾਰੇ ਸਮਾਜ ਦਾ ਇੱਕ ਅੱਛਾ ਅੰਗ ਬਣ ਕੇ ਉੱਭਰੀਏ ਫਿਰ ਸਾਡੀ ਜ਼ਿੰਦਗੀ ਜਿਹੜੀ ਹੈ ਕਹੋ ਕਿ ਲਿਖੇ ਲੱਗ ਜਾਂਦੀ ਹੈ ਫਿਰ ਹੀ ਸਾਡੀ ਜਿਹੜੀ ਹੈ ਉਹ ਸੱਚੀ ਸਹੀ ਕਾਮਯਾਬੀ ਹੈ ਅੰਗਰੇਜ਼ੀ ਬੋਲਣੀ ਸਿੱਖਣ ਲਈ IELTS, ਸੈਲਪੇਪ, LPI, ਸਿਟੀਜ਼ਨਸ਼ਿਪ ਦੀਆਂ ਕੋਚਿੰਗ ਕਲਾਸਾਂ ਲੈਣ ਲਈ ਜਾਂ ਮਾਰਵਲਸ ਬ੍ਰਾਂਡ ਦੀਆਂ ਬੈਸਟ ਕੁਆਲਿਟੀ ਕਿਤਾਬਾਂ ਲੈਣ ਲਈ ਕਾਲ ਕਰੋ 604-725-3340 ਕਾਮਯਾਬੀ ਤੁਹਾਡੇ ਕਦਮ ਚੁੰਮੇਗੀ ਫੋਰ ਮੋਰ ਇਨਫੋ ਪਲੀਜ਼ ਵਿਜ਼ਿਟ englishisvereasy.com IELTS, ਸੈਲਫ-ਹੈਲਪ, ਸਿਟੀਜ਼ਨਸ਼ਿਪ ਅਸੀਂ ਨਹੀਂ ਬੋਲਦੇ ਇਹ ਤਾਂ ਸਾਡੀ ਪ੍ਰੋਫੈਸ਼ਨਲ ਕੋਚਿੰਗ ਬੋਲਦੀ ਹੈ ਕਾਲ ਕਰੋ 604-725-3340 ਆਂਖੋਂ ਵਾਲੋ ਕੋ ਹਿੰਦੂ ਔਰ ਮੁਸਲਮਾਨ ਨਜ਼ਰ ਆਤਾ ਹੈ ਮੈਂ ਤੋ ਅੰਧਾ ਹੂੰ ਭਾਈ ਮੁਝੇ ਤੋ ਹਰ ਸ਼ਖਸ ਮੈਂ ਇਨਸਾਨ ਨਜ਼ਰ ਆਤਾ ਹੈ ਅਸੀਂ ਵਕਤ ਨਹੀਂ ਹਾਂ ਜੋ ਗੁਜ਼ਰ ਜਾਵਾਂਗੇ ਅਸੀਂ ਮੌਸਮ ਨਹੀਂ ਹਾਂ ਜੋ ਬਦਲ ਜਾਵਾਂਗੇ ਅਸੀਂ ਤਾਂ ਉਹ ਰਿਸ਼ਤਾ ਨਿਭਾਉਣ ਵਾਲੇ ਹਾਂ
ਜੋ ਦੁੱਖ ਅਤੇ ਸੁੱਖ ਵਿੱਚ ਨਜ਼ਰ ਆਵਾਂਗੇ, ਜੋ ਦੁੱਖ ਅਤੇ ਸੁੱਖ ਵਿੱਚ ਨਜ਼ਰ ਆਵਾਂਗੇ। ਉਮੀਦ ਕਰਦੇ ਹਾਂ ਕਿ ਪਹਿਲੇ ਪ੍ਰੋਗਰਾਮਾਂ ਦੀ ਤਰ੍ਹਾਂ ਤੁਹਾਨੂੰ ਇਸ ਹਫ਼ਤੇ ਦਾ ਪ੍ਰੋਗਰਾਮ ਵੀ ਪਸੰਦ ਆਇਆ ਹੋਵੇਗਾ। ਆਪਣੀ ਫੀਡਬੈਕ ਦਿੰਦੇ ਰਹਿਣਾ। ਹੁਣ ਮਿਲਦੇ ਹਾਂ ਜੀ ਅਗਲੇ ਹਫ਼ਤੇ ਇੱਕ ਨਵਾਂ ਪ੍ਰੋਗਰਾਮ ਲੈ ਕੇ। ਤਦ ਤੱਕ ਤੁਹਾਡਾ ਅਤੇ ਸਾਡਾ ਰੱਬ ਰਾਖਾ।